ਇਹ ਜੋ ਮਾਮਲਾ ਹੈਗਾ ਇਹਦੇ ਵਿੱਚ ਜਿਹੜੇ ਸਾਡੇ SSP ਸ਼੍ਰੀ ਰਾਜ ਬਚਨ ਸਿੰਘ ਸੰਧੂ SSP ਫਰੀਦਕੋਟ ਸਾਹਿਬ ਵੱਲੋਂ ਚਲਾਈ ਗਈ ਜਿਹੜੀ ਮਾੜੇ ਅੰਸਰਾਂ ਦੇ ਖਿਲਾਫ਼ ਮੁਹਿੰਮ, ਉਹ 'ਚ ਸਾਨੂੰ ਕਾਫ਼ੀ ਵੱਡੀ ਕਾਮਯਾਬੀ ਮਿਲੀ ਆ। ਇਹ 'ਚ ਸਾਨੂੰ ਕੱਲ੍ਹ ਇੱਕ ਇਨਫੋਰਮੇਸ਼ਨ ਆਈ ਸੀਗੀ SHO ਅਤੇ SHO ਨੇ ਗਾਂ ASI ਕਸ਼ਮੀਰ ਸਿੰਘ ਦੀ ਪਾਰਟੀ ਨਾਲ ਨਾਕਾਬੰਦੀ ਕੀਤੀ ਸੀਗੀ ਬਾਜਾਖਾਨਾ ਰੋਡ ਤੋਂ, ਕਿ ਇੱਕ ਕਾਰ ਦੇ ਵਿੱਚ ਕੋਈ ਨੌਜਵਾਨ ਹੈਗੇ ਆ ਜਿਨ੍ਹਾਂ ਕੋਲ ਨਜਾਇਜ਼ ਅਸਲਾ ਹੈਗਾ, ਉਹ ਅੱਜ ਵੀ ਕਿਸੇ ਤਰ੍ਹਾਂ ਦੀ ਕੋਈ ਵਾਰਤਾ ਕਰ ਸਕਦੇ, ਜਿਸ 'ਤੇ ਇਹਨਾਂ ਨੇ ASI ਕਸ਼ਮੀਰ ਸਿੰਘ ਨੇ ਨਾਕਾ ਲਾਇਆ ਸੀਗਾ। ਨਾਕੇ ਦੌਰਾਨ ਜਿਹੜੀ ਏਸੈਂਟ ਕਾਰ ਨੰਬਰੀ PB05J5000 ਜਿਹੜੀ ਆ ਉਹ ਰੋਕ ਕੇ ਚੈੱਕ ਕੀਤੀ ਗਈ, ਜਿਸ ਦੇ ਵਿੱਚੋਂ ਜਗੇਸ਼ ਕੁਮਾਰ ਉਰਫ ਜੋਗੀ ਪੁੱਤਰ ਦੁਬਾਰੀ ਲਾਲ ਕੋਟਕਪੂਰਾ, ਸੁਰਿੰਦਰ ਸਿੰਘ ਪੁੱਤਰ ਉਰਫ ਗਗਨ ਪੁੱਤਰ ਮਨਜੀਤ ਸਿੰਘ ਕੋਟਕਪੂਰਾ, ਜਿਨ੍ਹਾਂ ਕੋਲੋਂ ਜੋਗੀ ਕੋਲੋਂ ਜਿਹੜਾ ਪਿਸਤੌਲ ਆ 32 ਬੋਰ ਲਾਇਸੈਂਸੀ, ਅਤੇ ਜਿਹੜਾ ਗਗਨ ਆ ਇਹਦੇ ਕੋਲੋਂ ਸਾਨੂੰ ਜਿਹੜਾ ਦੇਸੀ ਕੱਟਾ ਇੱਕ ਬਰਾਮਦ ਹੋਇਆ। ਉਸ ਦੌਰਾਨ ਗੱਡੀ ਦੀ ਜਦੋਂ ਹੋਰ ਬਰੀਕੀ ਨਾਲ ਤਲਾਸ਼ੀ ਕੀਤੀ ਗਈ ਅਤੇ ਸਾਨੂੰ 50,000 ਰੁਪਇਆ ਗੱਡੀ ਦੇ ਵਿੱਚੋਂ ਬਰਾਮਦ ਹੋਇਆ। ਉਸ 'ਤੇ ਅਸੀਂ ਮੁਕੱਦਮਾ ਸਿਟੀ ਕੋਟਕਪੂਰੇ ਦੇ ਵਿੱਚ 192 ਨੰਬਰ 26/11/18 ਅੰਡਰ ਸੈਕਸ਼ਨ 379A 379B 25/27/54 ਆਰਮਸ ਐਕਟ ਦਾ ਦਰਜ ਕਰਕੇ ਇਨਵੈਸਟੀਗੇਸ਼ਨ ਜਿਹੜੀ ਹੈ ਅੱਗੇ ਸ਼ੁਰੂ ਕਰ ਦਿੱਤੀ। ਸਰ, ਜਾਂਚ ਦੌਰਾਨ ਪਤਾ ਲੱਗਾ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਅੰਜਾਮ ਦਿੰਦੇ ਸਨ, ਔਰ ਜਿਹੜੀ ਇਹ ਮਨੀ ਕੈਸ਼ ਬਰਾਮਦ ਹੋਇਆ ਇਹ ਲੁੱਟਦਾ ਸੀ ਜਾਂ ਕੋਈ ਇਹਨਾਂ ਦਾ ਆਪਦਾ ਸੀ? ਇਹ ਥੋੜ੍ਹੀ ਅਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ, ਉਹਦੇ ਵਿੱਚ ਥੋੜ੍ਹੀ ਜਿਹੀ ਜਿਹੜੀ ਇਹ ਹੈਗੀ ਵੀ ਚੱਲਦੀ ਉੱਤੇ ਰਾਹਗੀਰਾਂ ਤੋਂ ਇਹ ਜਿਹੜੇ ਹੈਗੇ ਆ ਪਿਸਤੌਲ ਦਿਖਾ ਕੇ ਜਿਹੜਾ ਇਹ ਲੁੱਟ ਲੈਂਦੇ ਸੀ। ਬਾਕੀ ਅਜੇ ਅੱਜ ਉਹਨਾਂ ਨੂੰ ਜੱਜ ਸਾਹਿਬ ਦੇ ਪੇਸ਼ ਕਰਕੇ ਪੂਰੀ ਸਮਾਨ ਲੈ ਕੇ ਇਹਨਾਂ ਦੇ ਕੁਛ ਹੋਰ ਸਾਥੀ ਵੀ ਹੈਗੇ ਆ, ਉਹ ਉਮੀਦ ਆ ਉਹਨਾਂ ਸਾਥੀਆਂ ਤੋਂ ਕਾਫ਼ੀ ਵੱਡੀ ਨੀਡ, ਕੋਈ ਵੱਡਾ ਕੇਸ, ਕੋਈ ਵੱਡੇ ਬੰਦੇ ਹੋਰ ਵੀ ਇਨਵੋਲਵ ਹੋ ਸਕਦੇ ਆ ਉਸ ਅੰਡਰ ਇਨਵੈਸਟੀਗੇਸ਼ਨ। ਇਹਨਾਂ 'ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ। ਸਰ, ਸੁਣਨ ਦੇ ਵਿੱਚ ਆਇਆ ਫਰੀਦਕੋਟ ਦੇ ਇੱਕ ਨਾਮੀ ਡਾਕਟਰ ਨੂੰ ਵੀ ਇਹਨਾਂ ਨੇ ਪਿਸਤੌਲ ਦਿਖਾ ਕੇ ਬਲੈਕਮੇਲਿੰਗ ਜਾਂ ਲੁੱਟੀ ਕਰਨ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਸੀ? ਦੇਖੋ ਜੀ, ਜਿਹੜੀ ਅਜੇ ਤੱਕ ਸਾਡੇ ਕੋਲ ਇਨਵੈਸਟੀਗੇਸ਼ਨ ਦੇ ਵਿੱਚ ਹੈ ਇੱਦਾਂ ਦੀ ਕੋਈ ਗੱਲ ਨਹੀਂ ਆਈ ਜੀ, ਕਿਉਂਕਿ ਅਸੀਂ ਜੀ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰਨੀ ਹੈਗੀ ਆ, ਉਹ ਅਸੀਂ ਪੇਸ਼ ਕਰਨ ਤੋਂ ਬਾਅਦ ਫਿਰ ਕਰਾਂਗੇ। ਸਰ, ਇਹਦਾ ਪ੍ਰੋਫਾਈਲ ਕੀ ਹੈ? ਸਟੂਡੈਂਟ ਦੇ ਨਾਲ ਜੀ? ਇੱਕ ਸਟੂਡੈਂਟ ਹੈਗਾ ਜੀ, ਇੱਕ ਫਰੂਟੀ ਦੇ ਨਾਲ। ਸਰ, ਇਹਨਾਂ ਕੋਲੋਂ ਇੱਕ ਤਾਂ ਤੁਸੀਂ ਲਾਇਸੈਂਸ ਦੀ ਗੱਲ ਕੀਤੀ ਹੈ, ਉਹ ਇਹਨਾਂ ਦਾ ਆਪਦਾ ਹੈ ਜਾਂ ਉਹ ਵੀ ਕਿਤੇ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ? ਪਹਿਲਾਂ ਮੁੱਢੀ ਜਾਣ ਤੋਂ ਪਤਾ ਲੱਗਾ ਕਿ ਇਹਨਾਂ ਦਾ ਆਪਦਾ ਹੈ ਜਾਂ ਕਿਸੇ ਤੋਂ ਹੋਇਆ ਹੈ? ਤਾਂ ਕੰਮ ਹੀ ਲੁੱਟਾ ਪਾਉਣ ਵਾਲਾ ਹੈਗਾ, ਆਪਣੇ ਨਾਮ ਤੋਂ ਕੋਈ ਲਾਇਸੈਂਸ ਹੈ ਨਹੀਂ ਇਹਨਾਂ ਦਾ। ਕਾਰ ਵੀ ਇਹਨਾਂ ਦੀ ਆਪਦੀ ਹੈ ਜਿਹੜੀ? ਇਹ ਵੀ ਅਜੇ ਅਸੀਂ ਵੈਰੀਫਾਈ ਕਰਨੀ ਹੈ, ਕਾਰ ਅਜੇ ਵੈਰੀਫਾਈ ਕਰਨੀ ਹੈ। ਬਾਜਾਖਾਨਾ ਤੋਂ ਕੋਟਪੂਰੇ ਨੂੰ ਆਉਂਦੇ ਜੈਤੋਪੁਰੀ ਦੇ ਲਾਗੇ ਨਾਕਾ ਲਾਇਆ ਸੀ, ਉੱਥੋਂ ਫੜੇ ਕੱਲ੍ਹ ਸ਼ਾਮ। ਓਕੇ।